ਲਓ ਜੀ ਅੱਜ ਅਸੀਂ ਤੁਹਾਨੂੰ ਕੋਈ ਚੀਜ਼ ਦਿਖਾਉਂਦੇ ਹਾਂ ਜੀ। ਇਹ ਸਾਡੇ ਘਰ ਬਿੱਲੇ ਆਏ ਹੋਏ ਆ। ਦੁੱਧ ਪੀਣਾ ਹੈ? ਹੈਂ ਦੁੱਧ ਪੀਣਾ ਹੈ? ਦੁੱਧ ਪੀਣਾ ਹੈ? ਭੁੱਖ ਲੱਗੀ ਆ ਬਿੱਲੇ ਨੂੰ? ਭੁੱਖ ਲੱਗੀ ਆ? ਕਿੰਨੀ ਕੁ ਲੱਗੀ ਆ? ਜ਼ਿਆਦਾ ਲੱਗੀ ਆ ਬਿੱਲੇ ਨੂੰ? ਭੁੱਖ ਲੱਗੀ? ਬਿੱਲਾ ਕਹਿਣ ਡਿਆ ਹੈ, ਕਹਿਣਾ ਮੈਨੂੰ ਭੁੱਖ ਲੱਗੀ ਆ। ਦੁੱਧ ਪੀਣਾ ਹੈ? ਹੈਂ ਕਿੰਨੀਆਂ ਬਿੱਲੀਆਂ ਅੱਖਾਂ ਹੈ ਤੇਰੀਆਂ ਬਿੱਲਿਆ ਵੇ, ਭੁੱਖ ਲੱਗੀ ਹੈ? ਦੁੱਧ ਪੀਣਾ ਹੈ? ਦੁੱਧ ਪੀਣਾ ਹੈ? ਹੈਂ ਦੁੱਧ ਪੀਣਾ ਹੈ? ਦੁੱਧ ਪੀਣਾ ਹੈ? ਭੁੱਖ ਲੱਗੀ ਆ ਬਿੱਲੇ ਨੂੰ? ਭੁੱਖ ਲੱਗੀ ਆ? ਕਿੰਨੀ ਕੁ ਲੱਗੀ ਆ? ਜ਼ਿਆਦਾ ਲੱਗੀ ਆ ਬਿੱਲੇ ਨੂੰ? ਭੁੱਖ ਲੱਗੀ? ਬਿੱਲਾ ਕਹਿਣ ਡਿਆ ਹੈ, ਕਹਿਣਾ ਮੈਨੂੰ ਭੁੱਖ ਲੱਗੀ ਆ। ਦੁੱਧ ਪੀਣਾ ਹੈ? ਹੈਂ ਕਿੰਨੀਆਂ ਬਿੱਲੀਆਂ ਅੱਖਾਂ ਹੈ ਤੇਰੀਆਂ ਬਿੱਲਿਆ ਵੇ, ਭੁੱਖ ਲੱਗੀ ਹੈ? ਦੁੱਧ ਪੀਣਾ ਹੈ? ਭੁੱਖ ਲੱਗੀ ਹੈ? ਦੁੱਧ ਪੀਣਾ ਹੈ? ਹੈਂ ਭੁੱਖ ਅਸੀਂ ਪਾਉਣ ਲੱਗੇ ਇਹਨੂੰ ਦੁੱਧ। ਪਹਿਲਾਂ ਆਪਾਂ ਕੌਲੀ ਧੋਲੀ ਆ, ਕੌਲੀ ਸਾਡੀ ਹੋ ਗਈ ਹੁਣ ਸਾਫ਼, ਕੌਲੀ ਹੋ ਗਈ ਸਾਫ਼, ਕੌਲੀ ਧੋਲੀਏ। ਬਿੱਲੇ ਨੂੰ ਭੁੱਖ ਲੱਗੀ, ਦੁੱਧ ਪਾਉਣਾ ਹੈ। ਫਰਿੱਜ ਲਿਆ ਦੁੱਧ, ਦੁੱਧ ਦੁੱਧ ਵੇ ਆਪਾਂ ਪਾਉਂਦੇ ਦੁੱਧ ਇਹਦੇ ਵਿੱਚ ਪਾਵਾਂਗੇ, ਦੁੱਧ ਰੋਟੀ, ਦੁੱਧ ਦੁੱਧ ਦੇ ਵਿੱਚ ਪਾਵਾਂਗੇ ਰੋਟੀ। ਇਹਦੀ ਪਾਉਣੀ ਹੈ ਪਹਿਲੀ ਰੋਟੀ ਬਿੱਲੀ ਨੂੰ, ਰੋਟੀ ਪੱਕਣ ਦੀ ਪਹਿਲੀ ਬਿੱਲੇ ਦੀ ਰੋਟੀ ਆ। ਬਿੱਲੇ ਨੂੰ ਲੱਗੀ ਭੁੱਖ, ਬਿੱਲਾ ਮਿਉਂ ਮਿਉਂ ਕਰਨ ਡਿਆ ਵੇ। ਇਕੱਲੀ ਰੋਟੀ ਨਿੱਕੀ ਨਿੱਕੀ ਕਿੱਥੇ ਆ ਵੇ? ਆਵਾਜ਼ਾਂ ਮਾਰਨ ਡਿਆ, ਆ ਗਏ ਤੇਰੇ ਹੱਥ ਲੈ ਕੇ, ਆ ਗਏ ਆ, ਆ ਗਏ ਆ, ਇੱਧਰ ਆ, ਇੱਥੇ ਖੜਾ ਖਾਂਡਿਆ ਵੇ। ਕਿੰਨੀ ਭੁੱਖ ਲੱਗੀ ਇਹਨੂੰ, ਕਿੱਦਾਂ ਆਵਾਜ਼ ਆਉਣ ਡੀ ਰੋਟੀ ਖਾਣ ਦੀ? ਦੁੱਧ ਦੁੱਧ ਪੀ ਕੇ ਰੋਟੀ ਖਾਣ ਨਹੀਂ ਡਿਆ? ਸਾਰੇ ਦੱਸਿਓ ਤੁਹਾਨੂੰ ਬਿੱਲੇ ਵਾਲੀ ਵੀਡੀਓ ਕਿੱਦਾਂ ਦੀ ਲੱਗੀ। ਵੀਡੀਓ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।